ਧੌਣ ਤਾਂ ਚੁੱਕ ਚੁੱਕ ਉੱਪਰ ਵੱਲ ਵੇਖ ਰਹੇ ਇਕੱਠੇ ਹੋਏ ਤੇ ਆਉਂਦੇ ਜਾਂਦੇ ਲੋਕ ਅਤੇ ਇਤਲਾਹ ਮਿਲਦੇ ਹੀ ਫੌਰਨ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ। ਹਾਲ ਇਹ ਹੈ ਕਿ ਲੋਕਾਂ ਦੇ ਨਾਲ ਨਾਲ ਪੁਲਿਸ ਵੀ ਉੱਪਰ ਵੱਲ ਵੇਖ ਵੇਖ ਹੱਥਾਂ ਨਾਲ ਇਸ਼ਾਰੇ ਕਰਦੀ ਨਜ਼ਰ ਆ ਰਹੀ ਹੈ, ਪਰ ਕੋਈ ਵੀ ਮਸਲਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਅਸਲ 'ਚ ਸ਼ੋਲੇ ਫਿਲਮ ਵਾਲਾ ਵੀਰੂ ਬਣ ਇਹ ਬੰਦਾ ਸਵੇਰੇ ਸਵੇਰੇ ਸ਼ਰਾਬ ਪੀ ਕੇ 100 ਫੁੱਟ ਉੱਚੇ ਬਿਜਲੀ ਤੇ ਟਾਵਰ 'ਤੇ ਜਾ ਚੜਿਆ, ਜਿਵੇਂ ਇਸ ਦੀ ਬਸੰਤੀ ਰੁੱਸ ਗਈ ਹੋਵੇ। ਪੁਲਿਸ ਅਤੇ ਇਲਾਕਾ ਨਿਵਾਸੀਆਂ ਨੂੰ ਇਸ ਨੇ ਅੱਜ ਸਵੇਰ ਤੋਂ ਹੀ ਭਸੂੜੀ ਪਾਈ ਹੋਈ ਹੈ। ਪੁਲਿਸ ਅਤੇ ਲੋਕਾਂ ਵੱਲੋਂ ਮਿੰਨਤਾਂ ਕਰਨ ਦੇ ਬਾਵਜੂਦ ਇਹ ਬੰਦਾ ਹੇਠਾਂ ਉਤਰਨ ਦਾ ਨਾਂ ਨਹੀਂ ਲੈ ਰਿਹਾ। ਲੋਕਾਂ ਨੇ ਇਸ ਨੂੰ ਪੈਸੇ ਦਾ ਵੀ ਲਾਲਚ ਦਿੱਤਾ ਅਤੇ ਕਈਆਂ ਨੇ ਤਾਂ ਅਧੀਏ ਪਊਏ ਦਾ ਵੀ, ਪਰ ਇਹ ਸੱਜਣ ਨੇ ਪੁਲਿਸ ਨੂੰ ਵਕਤ 'ਚ ਪਾਇਆ ਹੋਇਆ। ਹੁਣ ਤਾਂ ਦੁਖੀ ਹੋ ਪੁਲਿਸ ਵੀ ਤਰਲਿਆਂ 'ਤੇ ਉੱਤਰ ਆਈ ਹੈ। ਮਾਮਲਾ ਹੈ ਅੰਮ੍ਰਿਤਸਰ ਦੇ ਗੇਟ ਹਕੀਮਾ ਇਲਾਕੇ ਦਾ, ਜਿੱਥੇ ਹਰਪਿੰਦਰ ਸਿੰਘ ਉਰਫ ਕਾਕਾ ਨਾਂ ਦਾ ਇਹ ਵਿਅਕਤੀ ਸ਼ਰਾਬ ਪੀ ਬਿਜਲੀ ਦੇ ਟਾਵਰ 'ਤੇ ਜਾ ਚੜਿਆ। ਇਹ ਸਵੇਰੇ ਹੀ 8 ਵਜੇ ਦਾ ਚੜਿਆ ਟਾਵਰ 'ਤੇ ਅਤੇ 8 ਵਜੇ ਉੱਪਰ ਉੱਪਰ ਜਾਈਦਾ, ਥੱਲੇ ਆ ਨਹੀਂ ਰਿਹਾ। ਨਹੀਂ, ਇਹਦਾ ਕੋਈ ਕਾਰਨ ਨਹੀਂ ਹੈ, ਨਸ਼ੇ ਦੀ ਹਾਲਤ 'ਚ ਉੱਪਰ ਚੜ ਗਿਆ। ਠੀਕ ਹੈ, ਅਤੇ ਕੋਈ ਸਰਕਾਰ ਕੋਲ ਸਾਡੇ ਕੋਲ ਫੈਸਿਲਿਟੀ ਨਹੀਂ ਹੈਗੀ, ਵੀ ਥੱਲੇ ਫਾਇਰ ਬ੍ਰਿਗੇਡ ਵੀ ਆਈ ਹੈ, ਪੁਲਿਸ ਪ੍ਰਸ਼ਾਸਨ ਵੀ ਗਏ ਆ, ਕੁਛ ਲੋਕ ਇਹਨੂੰ ਥੱਲੇ ਉਤਾਰਨ ਲਈ ਵੀ ਗਏ ਸੀ, ਪਰ ਉਹ ਆ ਨਹੀਂ ਰਿਹਾ ਥੱਲੇ। ਨਹੀਂ ਜੀ, ਕੋਈ ਸੁਵਿਧਾ ਹੈ ਹੀ ਨਹੀਂ ਹੈ, ਇੰਨੀ ਸਾਡੀ ਫਾਇਰ ਬ੍ਰਿਗੇਡ ਕੋਲ ਐਡੀ ਵੱਡੀ ਪੌੜੀ ਨਹੀਂ ਹੈਗੀ ਜਿਹੜੀ ਉਸ ਵੇਲੇ ਪਹੁੰਚ ਸਕੇ। ਲੋਕਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ, ਪੁਲਿਸ ਪ੍ਰਸ਼ਾਸਨ ਨੇ ਵੀ ਬੜੇ ਉਹਨੂੰ ਦਿਲਾਸੇ ਦਿੱਤੇ ਆ, ਉਹਨੂੰ ਪੈਸੇ ਵੀ ਵਿਖਾਏ ਆ ਵੀ ਤੂੰ ਥੱਲੇ ਆ ਜਾ, ਪਰ ਉਹ ਉਤਰਨ ਦਾ ਨਾਮ ਹੀ ਨਹੀਂ ਲੈ ਰਿਹਾ। 8 ਵਜੇ ਆਪਾਂ ਵੇਖਿਆ ਦੁਕਾਨ ਖੋਲੀਏ, ਦੁਕਾਨ ਵੀ ਨਹੀਂ ਸਮਝਦੇ ਸੀ, ਦੁਕਾਨ ਖੋਲੀਏ ਅਤੇ ਆਪਾਂ ਵੇਖਿਆ ਟਾਵਰ 'ਤੇ ਚੜਿਆ ਵਾ, ਅਤੇ ਵੇਖਿਆ ਅਤੇ ਕਿੰਨਾ ਉਤਰਨ ਦਾ ਕਹਿੰਦੇ ਆ, ਉਤਰਨ ਦਾ ਨਾਮ ਨਹੀਂ ਲੈਣ ਦਿਆ। ਕਾਰਨ ਦਾ ਕੋਈ ਪਤਾ ਚੱਲੇਗਾ, ਹੁਣ ਐਡੀ ਉੱਚੀ ਕਾਰਨ ਪੁੱਛਾਂਗੇ ਅਤੇ ਬਾਅਦ ਦਾ ਸੁਣਾਈ ਦੇਣੀ ਉਹਨੂੰ, ਆ ਨਹੀਂ ਰਿਹਾ ਥੱਲੇ, ਨਹੀਂ ਆ ਰਿਹਾ। ਜ਼ਿੰਮੇਵਾਰ ਕੋਈ ਉਹਨਾਂ ਨੂੰ ਪਾਈ ਸੀਗੀ, ਪੁਲਿਸ ਵੀ ਆਈ ਹੋਈ ਹੈ, ਫਾਇਰ ਬ੍ਰਿਗੇਡ ਵੀ ਆਏ ਹੋਏ ਆ, ਇੰਨਾ ਹੋਏ ਪੌੜੀ ਪਾੜੀ ਹੋਏ ਤਾਂ ਫਿਰ ਤਾਂ ਕੋਈ ਸੁਵਿਧਾ ਹੋਵੇ ਅਤੇ ਲਾ ਦੇਈਏ ਇਹਨੂੰ ਥੱਲੇ। ਹਾਂਜੀ, ਲੋਕਾਂ ਨੇ ਕੋਸ਼ਿਸ਼ ਕੀਤੀ, ਉੱਪਰ ਜਾਣ ਦੀ ਕੋਸ਼ਿਸ਼ ਕੀਤੀ, ਪਰ ਕੌਣ ਨਹੀਂ ਉੱਪਰ ਚੜੇ, ਹਰ ਇੱਕ ਨੂੰ ਆਪਣਾ ਡਰ ਹੈਗਾ ਵਾ, ਥੱਲੇ ਨਾ ਡਿੱਗ ਜਾਈਏ। ਬੰਦੇ ਨੇ ਕੋਈ ਨਸ਼ਾ ਨੁਸ਼ਾ ਕਰਦਾ ਬੰਦਾ, ਨਸ਼ੇ ਦੀ ਹਾਲਤ ਵਿੱਚ ਇਹ ਟਾਵਰ ਚੜ ਗਿਆ, ਇਹਦੇ ਤਾਰਨ ਵਾਸਤੇ ਪ੍ਰਬੰਧ ਕੀਤੇ ਜਾ ਰਹੇ, ਐਂਬੂਲੈਂਸ ਮੰਗਾ ਲਈ ਆ, ਫਾਇਰ ਬ੍ਰਿਗੇਡ ਦੀ ਗੱਡੀ ਮੰਗਾ ਲਈ ਆ, ਉਹ ਸਾਡੇ ਸੀਨੀਅਰ ਅਫਸਰ ਜਿਹੜੇ ਮੌਕੇ 'ਤੇ ਆ ਰਹੇ ਨੇ, ਤਕਰੀਬਨ 8 ਵਜੇ ਦਾ ਕਾਰ ਵੀ ਕੋਈ ਨਸ਼ੇ ਵਾਲਾ ਬੰਦਾ, ਕੋਈ ਨਸ਼ਾ ਨੁਸ਼ਾ ਕਰ ਕੇ ਚੜ ਗਿਆ, ਗੱਲ ਕੀਤੇ ਹੁਣ ਐਂਬੂਲੈਂਸ ਮੰਗਾ ਲਈ ਆ, ਫਾਇਰ ਬ੍ਰਿਗੇਡ ਗੱਡੀ ਮੰਗਾ ਲਈ ਆ, ਉਹਨੂੰ ਉਤਾਰਨ ਦਾ ਵੀ ਉਪਰਾਲਾ ਲੱਭਦੇ ਆ। ਖੈਰ, ਕਈ ਘੰਟਿਆਂ ਬਾਅਦ ਜਦ ਇਸ ਬੰਦੇ ਦਾ ਨਸ਼ਾ ਕੁਝ ਘਟਿਆ ਤਾਂ ਇਹ ਆਪ ਹੀ ਟਾਵਰ ਦੇ ਅੱਧ ਤੱਕ ਹੇਠਾਂ ਆ ਗਿਆ ਅਤੇ ਬਾਕੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੁਸ਼ੱਕਤ ਕਰ ਇਸ ਨੂੰ ਹੇਠਾਂ ਲਾ ਲਿਆ। ਦੱਸਣਯੋਗ ਹੈ ਕਿ ਖਡੂਰ ਸਾਹਿਬ ਦੇ ਪਿੰਡ ਬਾਣੀਆਂ ਦੇ ਹਰਪਿੰਦਰ ਸਿੰਘ ਉਰਫ ਕਾਕਾ ਦੇ ਅੱਗੇ ਪਿੱਛੇ ਕੋਈ ਨਹੀਂ ਅਤੇ ਇਹ ਮਾਨਸਿਕ ਤੌਰ 'ਤੇ ਕੁਝ ਪਰੇਸ਼ਾਨ ਵੀ ਰਹਿੰਦਾ, ਜਿਸ ਨੂੰ ਪੁਲਿਸ ਨੇ ਆਪ ਇਸ ਦੇ ਪਿੰਡ ਜਾ ਕੇ ਇਸ ਦੇ ਸ਼ਰੀਕੇ ਅਤੇ ਪਿੰਡ ਵਾਲਿਆਂ ਦੇ ਹਵਾਲੇ ਕਰ ਦਿੱਤਾ। ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਗਰੇਵਾਲ ਦੀ ਰਿਪੋਰਟ।